हनी सिंह कलाकार आ गीत मैं बहुते नहीं सुने अवी कहा उन्हें हुण दिल्ली पुलिस ने एक शिकायत दिती है कि मैनू एक टैलीफोन आया मेरे वॉयस मैसेज सॉरी वॉयस मैसेज आया मेरे जिहड़े वो संगीतक मंडली होएगी उहदी कोई साजी सूजी नाल होणगे कोई पिछे हो मेरे वांग करदे आ उह वी होणगे अगलिआं दा बैंड आ हां अगले दा ग्रुप आ जिन्ना कि मैनू पता है संगीतक मंडली बड़ा संगीतक साडे लई तुहाडे लई बैंड आ साडे लई संगीतक आ जिहड़ी संगीतक मंडली शब्द वरता है ना मैनू ऐ आया जे ते भंडार मिलिया चलो जी मैं कहना कि टिप्पणियां करो मैं हले रोकिया नहीं लैड की हुंदा साडे लई नहीं हैगा लैड महाराज साडे लई तां सिद्धा जिहा काम आ अहीं तां सिलेंडर रख के विच चला लई चोरी किसे आ जिहड़ा फोन तुहाडे कोले पिया इहदी जिहड़ी बैटरी आ उह लैड दी आ असल कहानी जी लैट तो ही चलती है पता नहीं फोन लग गया नहीं नहीं कोई गल नहीं हम इन बंद कर देने लगा नहीं तुम ये देखो लैड फिर तुम एक होर गल की सी ਮੈਨੂੰ ਹੁੰਦਾ ਵੀ ਮੈਂ ਬਹੁਤ ਹੀ ਅਨਪੜ ਜਿਹਾ ਲੱਗਦਾ ਵੀ ਜਦੋਂ ਮੈਂ ਕਹਿੰਦਾ ਮੈਨੂੰ ਪਤਾ ਨਹੀਂ ਵੇਖੋ ਗੱਲ ਇਹ ਆ ਵੀ ਲੈਡ ਦੀ ਆਪਾਂ ਗੱਲ ਕਰਦੇ ਹਾਂ ਵੇਖੋ ਭਾਰਤ ਵੀ ਤਰੱਕੀ ਕਰ ਗਿਆ ਲੱਡੂਆਂ ਤੋਂ ਲੈਡ ਤੱਕ ਲੈਡ ਤੱਕ ਪਹੁੰਚ ਗਿਆ ਅੱਛਾ ਹਨੀ ਸਿੰਘ ਹੋਰੀ ਕਹਿੰਦੇ ਕਿ ਮੈਨੂੰ ਵੌਇਸ ਮੈਸੇਜ ਆਇਆ ਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਆ ਗੋਲਡੀ ਬਰਾੜ ਨੇ ਗੋਲਡੀ ਬਰਾੜ ਉਹੀ ਨਾਮ ਹੈ ਤਸਵੀਰ ਤਾਂ ਅਜੇ ਤੱਕ ਸਾਹਮਣੇ ਨਹੀਂ ਆਈ ਨਾ ਵੀਡੀਓ ਉਸ ਬੰਦੇ ਨੇ ਕਦੇ ਕੀਤੀ ਹੈ ਉਹ ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਸਭ ਤੋਂ ਵੱਧ ਚਰਚਾ ਦੇ ਵਿੱਚ ਜਿਹੜਾ ਉਹ ਆਇਆ ਹੁਣ ਗੋਲਡੀ ਬਰਾੜ ਦਾ ਹੀ ਉਹਨੇ ਜ਼ਿਕਰ ਕੀਤਾ ਅਤੇ ਉਹਨੇ ਮੈਨੂੰ ਲੱਗਦਾ ਕਿ ਉਹ ਪਹਿਲਾ ਸ਼ਾਇਦ ਬੰਦਾ ਜਿਹਨੇ ਇੱਦਾਂ ਕਹਿੰਦਾ ਮੈਨੂੰ ਡਰ ਬਹੁਤ ਲੱਗਦਾ ਹੈ ਮੇਰਾ ਪਰਿਵਾਰ ਵੀ ਡਰਿਆ ਬੈਠਾ ਮੈਨੂੰ ਲੋਕਾਂ ਨੇ ਅੱਜ ਤੱਕ ਪਿਆਰ ਬਹੁਤ ਦਿੱਤਾ ਹਨੀ ਸਿੰਘ ਦਾ ਕਹਿਣਾ ਪਰ ਪਹਿਲੀ ਵਾਰ ਕਹਿੰਦੇ ਜੀ ਕਿਸੇ ਬੰਦੇ ਨੇ ਮੈਨੂੰ ਇਸ ਤਰੀਕੇ ਦੇ ਨਾਲ ਧਮਕੀ ਦਿੱਤੀ ਆ ਅਤੇ ਸੁਰੱਖਿਆ ਵੀ ਅਗਲੇ ਨੇ ਮੰਗਣੀ ਹੈ ਸੰਧਿਆ ਵਾਲੀ ਸਭ ਕੀ ਸ਼ੈ ਜਿਹੜੀ ਕਾਬੂ ਹੀ ਨਹੀਂ ਆਉਂਦੀ ਸ਼ੈ ਉਹ ਹੀ ਕਿ ਤਮਾ ਜੀ ਬੰਦੇ ਦੀ ਤਮਾ ਹੁੰਦੀ ਹੈ ਨਾ ਹੁਣ ਜਿਹੜੇ ਬੰਦੇ ਕੋਲ ਪੈਸਾ ਉਹ ਕਹਿੰਦਾ ਹੋਰ ਆ ਜੇ ਜਿਹੜੇ ਬੰਦੇ ਕੋਲ ਹੋ ਸਕਦਾ ਪੋਲੀਟੀਕਲ ਪਾਵਰ ਹੋਵੇ ਉਹ ਕਹਿੰਦਾ ਹੋਰ ਆ ਜੇ ਜਿਹੜੇ ਬੰਦੇ ਕੋਲ ਇਸ ਤਰ੍ਹਾਂ ਦੀ ਮਤਲਬ ਤਮਾ ਇੱਛਾ ਵੀ ਯਾਰ ਲੋਕ ਮੇਰੇ ਤੋਂ ਡਰਨ ਮੈਂ ਜਿਹਨੂੰ ਮਰਜ਼ੀ ਫੋਨ ਕਰਦਾ ਜਿਹਨੂੰ ਮੈਂ ਮਰਜ਼ੀ ਚੱਕਦਾ ਜਿਹਨੂੰ ਮਰਜ਼ੀ ਮਰਵਾ ਦੇਵਾਂ ਉਹਨੂੰ ਵੀ ਲੱਗਦਾ ਵੀ ਅੱਛਾ ਹੁਣ ਮੈਂ ਹੋਰ ਅਗਲਾ ਹੱਥ ਕਿਹਨੂੰ ਪਾਉਣਾ ਜੀ ਹੁਣ ਜੇ ਤਾਂ ਹਨੀ ਸਿੰਘ ਹੋਰਾਂ ਦੀ ਗੱਲ ਸਹੀ ਆ ਤਾਂ ਉਸ ਹਿਸਾਬ ਨਾਲ ਤਾਂ ਇਹੋ ਗੱਲ ਜਾਪਦੀ ਹੈ ਵੀ ਇਹਨੂੰ ਸੀਰੀਅਸਲੀ ਲੈਣਾ ਚਾਹੀਦਾ ਕਿਉਂਕਿ ਜਿੱਦਾਂ ਉਹਨਾਂ ਨੇ ਦੋਸ਼ ਲਾਇਆ ਵੀ ਇਸ ਤੋਂ ਪਹਿਲਾਂ ਵੀ ਬੰਦਾ ਕਈ ਕਲਾਕਾਰਾਂ ਨੂੰ ਜਾਂ ਹੋਰ ਜਿਹੜੀਆਂ ਹਸਤੀਆਂ ਸੀਗੀਆਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਅਤੇ ਕਈ ਬੰਦਿਆਂ ਨੇ ਕਤਲ ਕਰਵਾਇਆ ਹੁਣ ਦੇਖੋ ਡਰ ਉਹਦਾ ਬਿਲਕੁਲ ਜੈਨੂਅਨ ਆ ਜੀ ਦੂਜੇ ਪਾਸੇ ਜਦੋਂ ਆਪਾਂ ਨਾਂ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਸਮੇਂ 'ਚ ਆਪਾਂ ਇਹ ਵੀ ਸੁਣਿਆ ਸੀਗਾ ਵੀ ਗੋਲਡੀ ਬਰਾੜ ਨੂੰ ਸ਼ਾਇਦ ਉਹਨਾਂ ਨੇ ਅੰਤਰਰਾਸ਼ਟਰੀ ਲਿਸਟ ਦੇ ਵਿੱਚ ਪਾ ਤਾ ਭਾਰਤ ਸਰਕਾਰ ਵੱਲੋਂ ਤੋ ਇਹ ਜਿਹੜੀਆਂ ਚੀਜ਼ਾਂ ਨੇ ਕਿ ਵੀ ਬੰਦਾ ਕਿਸੇ ਦੇਸ਼ 'ਚ ਕ੍ਰਾਈਮ ਕਰ ਰਿਹਾ ਜਾਂ ਕ੍ਰਾਈਮ ਨੂੰ ਅੰਜਾਮ ਦੇ ਰਿਹਾ ਹੈ ਉਹ ਤੋਂ ਬਹੁਤ ਦੂਰ ਬੈਠਾ ਅਤੇ ਉੱਥੇ ਕੋਈ ਨਾ ਕੋਈ ਢੰਗ ਤਰੀਕਾ ਤਾਂ ਹੋਊਗਾ ਨਾ ਵੀ ਅਗਲਿਆਂ ਤੱਕ ਪਹੁੰਚ ਕਰਨ ਦਾ ਹੁਣ ਜੇ ਮੰਨ ਲਓ ਵੀ ਆਪਾਂ ਇਹ ਕਹਿੰਦੇ ਹਾਂ ਵੀ ਅੱਜ ਤਾਂ ਇਹ ਇੱਕ ਬੰਦਾ ਇੱਕ ਕਿਸੇ ਆਮ ਨਾਗਰਿਕ ਨੂੰ ਧਮਕੀ ਦੇ ਰਿਹਾ ਕੱਲ੍ਹ ਨੂੰ ਕਿਸੇ ਸਰਕਾਰਾਂ ਤੱਕ ਨੂੰ ਤਾਂ ਥ੍ਰੈਟ ਹੋ ਹੀ ਸਕਦਾ ਨਾ ਹੁਣ ਇਹ ਜਿਹੜਾ ਢੰਗ ਤਰੀਕਾ ਵੀ ਦੁਨੀਆਂ ਦੇ ਕਿਸੇ ਹੋਰ ਹਿੱਸੇ 'ਚ ਬੈਠ ਕੇ ਤੁਸੀਂ ਕਿਸੇ ਹੋਰ ਹਿੱਸੇ 'ਚ ਕ੍ਰਾਈਮ ਨੂੰ ਅੰਜਾਮ ਦਿਓ ਅਤੇ ਤੁਹਾਨੂੰ ਇਹ ਲੱਗੇ ਨਾ ਵੀ ਯਾਰ ਤੁਹਾਨੂੰ ਆਣ ਕੇ ਉਹਨਾਂ ਦਾ ਕੋਈ ਡਰ ਹੋ ਸਕਦਾ ਇਹ ਪ੍ਰਭਾਵ ਨਹੀਂ ਜਾਣ ਦੇਣਾ ਚਾਹੀਦਾ ਨਹੀਂ ਨਹੀਂ ਜਾਣ ਦੇਣਾ ਚਾਹੀਦਾ